ਜ਼ਮੀਨ ਦੇ ਪਿੱਛੇ ਛੋਟੇ ਭਰਾ ਨੇ ਕੀਤਾ ਵੱਡੇ ਭਰਾ ਦਾ ਕਤਲ, ਆਪਣੇ ਪਿਓ ਨੂੰ ਵੀ ਕੀਤਾ ਬੁਰੇ ਤਰੀਕੇ ਦੇ ਨਾਲ ਜ਼ਖਮੀ। ਪਹਿਲਾਂ ਵੱਡੇ ਭਰਾ ਨੇ ਕੀਤਾ ਸੀ ਆਪਣੀ ਮਾਂ ਦਾ ਕਤਲ। ਕੁਝ ਮਹੀਨੇ ਪਹਿਲਾਂ ਹੀ ਜ਼ਮਾਨਤ ਤੇ ਆਇਆ ਸੀ ਵੱਡਾ ਭਰਾ ਬਾਹਰ। ਜੀ ਦੱਸ ਦਈਏ ਕਿ ਇੱਕ ਬੇਹੱਦ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਰਿਸ਼ਤੇ ਤਾਰ ਤਾਰ ਹੋਏ ਨੇ। ਦੱਸ ਦਈਏ ਕਿ ਜ਼ਮੀਨ ਦੇ ਪਿੱਛੇ ਕਿਹਾ ਜਾ ਰਿਹਾ ਕਿ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਦਾ ਕਤਲ ਕਰ ਦਿੱਤਾ, ਜਦਕਿ ਵੱਡਾ ਭਰਾ ਵੀ ਹੁਣੀ ਹੀ ਜ਼ਮਾਨਤ ਤੇ ਬਾਹਰ ਆਇਆ ਸੀ, ਜਿਸਨੇ ਕਿ ਆਪਣੀ ਮਾਂ ਦਾ ਕਤਲ ਕੀਤਾ ਸੀ। ਦੱਸ ਦਈਏ ਕਿ ਸੱਪੜ ਮਾਰ ਕੇ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਦਾ ਕਤਲ ਕਰ ਦਿੱਤਾ ਤੇ ਆਪਣੇ ਪਿਓ ਨੂੰ ਵੀ ਬੁਰੇ ਤਰੀਕੇ ਦੇ ਨਾਲ ਜ਼ਖਮੀ ਕਰ ਦਿੱਤਾ, ਜਿਸ ਨੂੰ ਕਿ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਿਲ ਕਰਵਾਇਆ ਗਿਆ। ਤਾਂ ਮਾਮਲਾ ਸਮਰਾਲਾ ਤੋਂ ਸਾਹਮਣੇ ਆਇਆ, ਜਿੱਥੇ ਕਿ ਜ਼ਮੀਨ ਦੇ ਛੋਟੇ ਜਿਹੇ ਟੁਕੜੇ ਪਿੱਛੇ ਛੋਟੇ ਭਰਾ ਨੇ ਵੱਡੇ ਭਰਾ ਦਾ ਕਤਲ ਕਰ ਦਿੱਤਾ। ਦਰਅਸਲ ਕਿਹਾ ਜਾ ਰਿਹਾ ਕਿ ਜੋ ਪਿਓ ਹੈ ਉਸਨੇ ਦੋਵਾਂ ਹੀ ਪੁੱਤਾਂ ਦੇ ਵਿੱਚ ਜ਼ਮੀਨ ਦੀ ਵੰਡ ਕਰ ਦਿੱਤੀ ਸੀ, ਪਰ ਕਿਹਾ ਜਾ ਰਿਹਾ ਕਿ ਜੋ ਵੱਡਾ ਭਰਾ ਸੀ ਉਹ ਆਪਣੇ ਪਿਓ ਤੋਂ ਵੱਧ ਜ਼ਮੀਨ ਚਾਹੁੰਦਾ ਸੀ, ਜਿਸ ਤੋਂ ਬਾਅਦ ਕਿ ਛੋਟਾ ਭਰਾ ਜੋ ਨਸ਼ੇ ਦੀ ਹਾਲਤ ਦੇ ਵਿੱਚ ਸੀ ਉਸਨੇ ਗੁੱਸੇ ਦੇ ਵਿੱਚ ਆ ਕੇ ਸੱਪਲ ਮਾਰ ਕੇ ਆਪਣੇ ਵੱਡੇ ਭਰਾ ਦਾ ਕਤਲ ਕਰ ਦਿੱਤਾ। ਹਾਲਾਂਕਿ ਪੁਲਿਸ ਹੁਣ ਮੌਕੇ ਤੇ ਪਹੁੰਚੀ ਹੈ ਤੇ ਪੁਲਿਸ ਨੇ ਛੋਟੇ ਭਰਾ ਨੂੰ ਗ੍ਰਿਫਤਾਰ ਵੀ ਕਰ ਲਿਆ। ਬਾਪੂ ਜੀ ਕੀ ਨਾਮ ਤੁਹਾਡਾ? ਰਾਮ ਸਿੰਘ ਹੈ। ਬਾਪੂ ਕਿਹੜਾ ਪਿੰਡ ਹੈ? ਉਹਨੇ ਆ ਕੀ ਘਟਨਾ ਕੀ ਹੋਈ ਹੈ? ਘਟਨਾ ਤਾਂ ਕੁਛ ਹੋਈ ਨੀ, ਹੋਈ ਇਸਾਂ ਨੂੰ ਬੁਲਾਉਂਦੇ ਨੀ, ਉਹਦੇ ਡਾਕਟਰ ਤਾਂ ਅਸੀਂ ਇੱਧਰ ਆ ਗਏ ਸੀ। ਅੱਛਾ ਜੀ। ਇਹਦਾ 1 ਲੱਖ ਰੁਪਇਆ ਲਾਇਆ ਤੇ 4 ਲੱਖ ਮੁੰਡੇ ਨੇ ਕੁੱਟਿਆ। ਕਹਿੰਦੇ ਕੀ ਗੱਲ ਕੀ ਹੋਈ ਕੁੱਟਣ ਵਾਲਾ? ਅੱਛਾ ਸਾਰਾ ਨਸ਼ਾ ਪੀਤਾ ਹੋਈ ਜਦੋਂ? ਹਾਂ। ਕੀ ਪੀਤਾ ਹੋਇਆ ਸੀ? ਹੈ ਕੋ ਪੀਂਦਾ ਉਹ? ਪਹਿਲਾਂ ਵੀ ਤੁਸੀਂ ਲੜਾਈ ਕੀਤੀ ਉਹਨਾਂ ਤੇਰੇ ਚੋਦੇ? ਨਹੀਂ ਅਸੀਂ ਨਹੀਂ ਕੀਤੀ। ਇੰਨਾ ਕੁੱਟਣ ਦਾ ਕਾਰਨ ਕੀ ਸੀ ਇੰਨਾ ਜਿਹੜਾ ਤੁਸੀਂ ਕੁੱਟਿਆ? ਪੈਸੇ ਕਹਾਂ ਜ਼ਮੀਨ ਦੇਣੇ ਇੱਦਾਂ ਦਾ ਹੋਵੇ ਲੋਕ। ਆਪਣੇ ਸਾਈਕਲ ਭਰੀ ਹੈ ਜੀ, ਉਹਦੀ ਰਿਪੋਰਟ ਵੀ ਆ ਗਈ ਸੀ। ਰਾਤ ਤੁਹਾਡੇ ਮੁੰਡੇ ਨੇ ਜਿਹੜੀ ਗੱਲ ਕਰਨ ਲੱਗ ਦਿੱਤੀ ਹੈ, ਕੀ ਕਹਿਣਾ ਚਾਹੁੰਦੇ ਆ? ਪੈਸਿਆਂ ਨੂੰ ਕਹਿਣਾ ਵੀ ਹੈ ਤੁਸੀਂ ਕੀ ਚਾਹੁੰਦੇ ਹੁਣ ਕੀ ਕੀਤਾ ਜਾਵੇ? ਕਿਆ ਹੋਇਆ ਹੁਣ ਅੰਦਰ ਹੋ ਜਾਵੇ 20 ਸਾਰੀ ਗਾਏ ਦਾ। ਪਿੰਡ ਪੁੰਨੀਆਂ ਦੇ ਵਿੱਚ ਨਾ ਇੱਕ ਭਰਾ ਨੇ ਭਰਾ ਨੂੰ ਮਾਰ ਦਿੱਤਾ, ਦਲਵੀਰ ਸਿੰਘ ਦਾ। ਦਲਵੀਰ ਸਿੰਘ ਭਰਾ ਨੇ ਆਪਣੇ ਜਗਜੀਵਨ ਭਰਾ ਨੂੰ ਸੱਬਲਾਂ ਨਾਲ ਕੁੱਟ ਕੁੱਟ ਕੇ ਮਾਰ ਦਿੱਤਾ ਤੇ ਆਪਣੇ ਬਜ਼ੁਰਗ ਨੂੰ ਜ਼ਖਮੀ ਕਰ ਦਿੱਤਾ। ਇਹ ਕੱਲ ਸ਼ਾਮ ਰਾਤ 9:30 ਦੀ ਗੱਲ ਦੱਸ। ਹਾਂ, ਨਸ਼ੇੜੀ ਕਿਸਮ ਦਾ ਬੰਦਾ ਤੇ ਆਪਸ ਵਿੱਚ ਵੀ ਉਹ ਬੈਠੇ ਉੱਤੇ ਸ਼ਰਾਬ ਵਗੈਰਾ ਪੀਂਦੇ ਸੀ। ਰੰਦਿਸ਼ ਕੀ ਰਹੀ ਹੈ ਦੋਨੋਂ ਦੇ, ਕੀ ਕਾਰਨ ਕੀ ਰਹੇ? ਇਹਨੇ ਆਪਣੇ ਬਜ਼ੁਰਗ ਨੇ ਆਪਣੀਆਂ ਕੁੜੀਆਂ ਦੇ ਨਾਂ ਤੇ ਜਿਹੜੀ ਹੈਗੀ ਕੁਛ ਜ਼ਮੀਨ ਲਵਾ ਦਿੱਤੀ ਸੀ, ਉਹ
ਸਾਰਿਆਂ ਨੂੰ ਹਿੱਸੇ ਦੇ ਦਿੱਤੇ ਸੀਗੇ, ਲੇਕਿਨ ਇਹ ਹੋਰ ਮੰਗ ਰਿਹਾ ਸੀ, ਇਹ ਕਹਿੰਦਾ ਸੀ ਬਜ਼ੁਰਗ ਮੈਨੂੰ ਵੱਧ ਜ਼ਮੀਨ ਦੇਵੇ। ਉਹਦਾ ਨਾਂ ਸੀਗਾ ਜਗਜੀਵਨ ਸਿੰਘ, ਉਮਰ 38 ਸਾਲ ਆ। ਬਜ਼ੁਰਗ ਦੀ ਉਮਰ 67 ਸਾਲ ਆ। ਪੋਜੀਸ਼ਨ ਠੀਕ ਹੈ, ਬਜ਼ੁਰਗ ਠੀਕ ਨੇ। ਦੂਜੇ ਜਗਜੀਵਨ ਦੀ ਤਾਂ ਡੈਥ ਹੋ ਗਈ ਸੀ, ਹਾਂ ਉਹਨੇ ਪਹਿਲਾਂ ਆਪਣੀ ਮਾਂ ਦਾ ਕਤਲ ਕਰ ਦਿੱਤਾ ਸੀਗਾ, ਜਿਹੜਾ ਬੰਦੇ ਦੇ ਅੱਜ ਮ੍ਰਿਤਕ ਹੈ ਉਹਨੇ ਪਹਿਲਾਂ ਆਪਣੀ ਮਾਂ ਮਾਰਤੀ ਸੀ। ਦੋਵਾਂ ਭਰਾ ਦੀ ਪਹਿਲਾਂ ਵੀ ਲੜਾਈ ਦੇ ਕੋਈ ਮਾਮਲੇ ਆਏ ਨੇ ਸਾਹਮਣੇ? ਰੂਟੀਨ ਮੈਟਰ 'ਚ ਆਉਂਦੇ ਨੇ, ਸ਼ਰਾਬੀ ਕਿਸਮ ਦੇ ਆਦਮੀ ਨੇ ਦੋਵੇਂ। ਜਿਹਦੇ ਹੁਣ ਵਾਰੀ ਆ ਉਹਦੇ ਪਹਿਲਾਂ ਕੋਈ ਪਰਚਾ ਹੈਗਾ ਜੀ ਇਹ ਆਪਣੇ ਆਪਣੇ ਭਰਾ ਨੂੰ ਮਾਰਿਆ? ਨਾ ਪਹਿਲਾਂ ਕੋਈ ਪਰਚਾ ਨਹੀਂ। ਦੋਸ਼ੀ ਫਰਾਰ ਹੈ ਕਿ ਗ੍ਰਿਫਤਾਰ ਕਰ ਲਿਆ? ਗ੍ਰਿਫਤਾਰ ਕਰ ਲਿਆ। ਮੁਕੱਦਮਾ ਦਰਜ ਹੋ ਗਿਆ ਜੀ।